6000 ਚੁਕੀ ਦੇਗਾ ਨਾ ਇਸ ਤਰ੍ਹਾਂ ਦਾ ਜੋੜਾ ਤਾਂ ਦੋਸਤੋ ਸਾਡਾ ਸਲਾਰਾ ਕਮਗਰ ਪੇ ਦੇ ਗਲੇਜੀ ਆਖੇ ਦੋਸਤੋ ਇਹਨੂੰ ਗਲੇਜੀ ਆਖੇ ਅਗਰ ਕੋਈ ਇਸ ਤਰ੍ਹਾਂ ਦੇ ਜੋੜੇ ਤੁਹਾਨੂੰ 6000 ਚ ਦੇ ਤੇ ਸਲਾਰਾ ਟੈਡੀ ਇਹ ਵੀ ਬਹੁਤ ਅੱਛਾ ਜੋੜਾ ਨੇ ਕਰੀਮ ਆਖੇ ਔਰ ਦੇਖੋ ਬਲੇਗਾ ਉਹਦੇ ਨਾਲ ਤੇ ਤਾਵਨ ਮੈਂ ਤੁਹਾਡੇ ਕੋ ਲਾਜ਼ਮੀ ਬਿਠਾਣਾ ਭਾਈ ਨਿਸਾ ਪੇਰ ਜੇ ਤੇ ਤੁਸੀਂ ਦੱਸਣਾ ਕਿ ਤੇ ਮਿਸੇ ਆਈ ਚਾਂਦੀ ਅੱਖਾਂ ਦੇ ਨੇ ਭੈਣ ਬੱਚੇ ਉਡਾਨ ਵਾਲਾ ਜੋੜਾ ਜੀ ਭੁੱਲ ਭਲਈਏ ਚ ਪੈ ਜਾਣਾ ਕਿ ਕਿਹੜਾ ਲਈਏ ਕਿਹੜਾ ਨਾ ਲਈਏ 1000 ਰੁਪਏ ਪਾ ਹਮਜ਼ਾ ਭਾਈ ਦੇਖ ਲਓ ਯਾਰ बिस्मिल्लाहिर्रहमानिर्रहीम वंस अगेन वेलकम बैक लाखों करोड़ों दुरूद सलाम नबी पाक सल्लल्लाहु अलैहि व आलिहि वसल्लम पर और उनकी आल पर। तो दोस्तों भाइयों, काफी दोस्तों भाइयों के आइडियल इनके पास आए हैं जी, वसीम भाई के पास। अस्सलाम वालेकुम। वालेकुम अस्सलाम, क्या हाल है हमजा भाई? ठीक ठाक जी, अल्लाह का शुक्र। और ये मेहमान आए हुए हैं जी, मलक साहब। अस्सलाम वालेकुम जी। वालेकुम अस्सलाम, क्या हाल है? अल्लाह का शुक्र है। तो वसीम भाई, काफी दोस्तों भाइयों की डिमांड थी कि यार वसीम भाई नहीं आ रहे। मुझे काफी दोस्तों भाइयों ने पर्सनल कॉल किया, मुझे भी बहुत फोन आए हैं कि वसीम भाई आप वीडियो क्यों नहीं बनाए। जरा थोड़ी मसरूफियत थी इसलिए वीडियो नहीं बनाई। और वैसे भी इनकी वीडियो दोस्तों भाइयों की 3-4 महीने के बाद आती है, ठीक है, लेकिन मसरूफ कुछ ज्यादा ही हो जाते हैं। हाँ जी, ऐसे ही है। तो वसीम भाई, उन भाइयों तुम की दिखाओगे? टैडी जोड़े हैं ने, ते लाल अखां वाले कबूतर ने, एक फिरोजपुरी जोड़ा बड़ा अच्छा, वो मेरा पर्सनल जोड़ा है, वो भी इंशाल्लाह ताला अपने ताडे जी वर्गे है। मुकम्मल छत ना मेरे एक दोस्त ने उन्होंने मैनू दी, उन्होंने कहा जी वसीम भाई तुसी ते सेल करदे हो फूं पे परिंदे, ते तुसी जरा ना मेरे सेल कर दो। ते मैं उहदे कोल सारे कबूतर लाया, ते मैं रखिया कोई नहीं, एक जोड़ा अपना मेरा पर्सनल सी फिरोजपुरी, मैं कहा चलो वह भी विच दे दां, बहुत अच्छा जोड़ा है। ਯਾਨੀ ਕਿ ਮੁਕੰਮਲ ਤੁਸੀਂ ਸੈਟਅਪ? ਮੁਕੰਮਲ ਸੈਟਅਪ ਸਾਰੇ ਮੈਂ ਉਹਦੇ ਕੋਲੋਂ। ਜ਼ਰੂਰਤ ਮੰਨਦੇ ਹੋ, ਯਕੀਨ ਮੰਨੋ, ਰੇਟ ਜਦੋਂ ਤੁਹਾਡੇ ਲੱਗਣਗੇ ਨਾ, ਤੇ ਮੇਰੇ ਕਬੂਤਰ ਤੁਹਾਨੂੰ ਪਤਾ 1 ਘੰਟੇ 'ਚ ਸਾਰੇ ਵਿਕ ਜਾਂਦੇ, ਉਸ ਤੋਂ ਬਾਅਦ ਮੇਰੇ ਇੰਨੇ ਕੁ ਮੈਨੂੰ ਫੋਨ ਆਉਂਦੇ ਨੇ, ਮੈਂ ਬਾਅਦ 'ਚ ਫੋਨ ਸੈਲਰ 'ਤੇ ਲਾ ਕੇ ਸੌਂਦਾ। ਸਹੀ ਹੋ, ਇਸ ਤਰ੍ਹਾਂ ਦੇ ਕੰਮ, ਇਸ ਤਰ੍ਹਾਂ ਦੇ ਰੇਟ ਹੋਣਗੇ, ਤੇ ਕਬੂਤਰ ਬਾਜ਼ੀ ਵਾਲੇ ਕਬੂਤਰ ਹੋਣਗੇ, ਬਹੁਤ ਅੱਛੇ ਕਬੂਤਰ ਬਾਜ਼ੀ ਵਾਲੇ ਕਬੂਤਰ ਹੋਣਗੇ, ਭਾਈਆਂ ਨੂੰ ਸ਼ੌਕ ਦਾ ਮਜ਼ਾ ਆਏਗਾ। ਤੇ ਦੋਸਤੋ ਭਾਈਓ, ਹੱਕ ਅਦਾ ਕਰਿਆ ਕਰੋ। ਕੋਈ ਵੀ ਬੰਦਾ ਵੀਡੀਓ ਬਣਾਉਂਦਾ ਨਾ, ਮਿਹਨਤ ਕਰਦਾ ਹੈ। ਵੇਖੋ ਅਸੀਂ ਵੀ ਕੁੱਤੇ ਖਲੋਕ ਲਾਉਂਦੇ, ਇਸ ਤਰ੍ਹਾਂ ਇਸ ਤਰ੍ਹਾਂ। ਤੇ ਕੋਈ ਵੀ ਬੰਦਾ ਕਿਸੇ ਵੀ ਚੈਨਲ ਤੇ ਵੀਡੀਓ ਲੱਗਦੀ ਹੈ ਯਾਰ, ਉਹਨੂੰ ਦਾਤ ਦਿਆ ਕਰੋ, ਲਾਈਕ ਕਰ ਦਿਆ ਕਰੋ, ਲਾਈਕ ਲਾਈਕ ਕਰ ਦਿਓ। ਅਸੀਂ ਇਹ ਨਹੀਂ ਕਹਿੰਦੇ ਖਾਲੀ, ਸਾਡੀ ਜਿੱਦ ਵੀ ਵੇਖ ਦੋ ਲਾਈਕ ਕਰਿਆ ਕਰੋ, ਤਾਂ ਕਿ ਤੁਹਾਨੂੰ ਲਾਈਕ ਕਰਨ ਨਾਲ ਫਰਕ ਨਹੀਂ ਪੈਣਾ, ਸਾਨੂੰ ਫਰਕ ਪੈਣਾ, ਸਾਡੀ ਹੌਸਲਾ ਵਧਾਈ ਹੋਏਗੀ। ਹਾਂਜੀ, ਇਸ ਤਰ੍ਹਾਂ ਹੀ ਹੈ। ਤੇ ਸ਼ੌਕ ਦਾ ਗਾਸ ਕਰਤੇ ਹੈ। ਠੀਕ ਹਮਜ਼ਾ ਭਾਈ, ਇਹ ਸ਼ੌਕ ਕਰੋ ਤੁਸੀਂ, ਅੱਜ ਜਿਹੜੇ ਜੋੜੇ ਲੱਗਣਗੇ ਨਾ, ਬਾਕੀ ਤੁਹਾਡੇ ਵੀਵਰਸ ਕਹਿਣਗੇ ਕਿ ਵਸੀਮ ਭਾਈ ਤੁਸੀਂ ਮਜ਼ਾ ਕਰਵਾਤਾ ਹੈ, ਸ਼ਾ ਗਏ ਹੋ ਇਨਸ਼ਾਅੱਲਾ ਤਾਲਾ। ਔਰ ਬ੍ਰਾਂਡ ਹੋ ਤੁਸੀਂ, ਔਰ ਰੇਟ ਤੁਹਾਨੂੰ ਪਤਾ ਮੇਰੇ ਰੇਟ ਦੁਨੀਆ ਨਾਲੋਂ ਅਲੱਗ ਹੁੰਦੇ ਨੇ, ਦੁਨੀਆ ਤੋਂ ਘੱਟ ਰੇਟ ਹੁੰਦੇ ਨੇ, ਚੀਜ਼ਾਂ ਚੈੱਕ ਕਰ ਲਓ, ਦੇਖੋ ਚੀਜ਼ ਦੇਖੋ ਤੁਸੀਂ, ਮਜ਼ਾ ਆਏਗਾ ਭਾਈਆਂ ਨੂੰ ਸ਼ੌਕ ਕਰ, ਇਨਸ਼ਾਅੱਲਾ ਇਨਸ਼ਾਅੱਲਾ। ਕਾਂਟੇ ਮਾਸ਼ਾਅੱਲਾ ਦੇਖੋ ਹਮਜ਼ਾ ਭਾਈ, ਇਹ ਨਾਰਾ ਦੋਸਤੋ, ਖੂਬਸੂਰਤੀਆਂ ਚੈੱਕ ਕਰੇ। ਤੇ ਜਿਹੜੇ ਸਾਡੇ ਪਠਾਨ ਭਰਾ ਨੇ, ਪੰਜਾਬੀ ਭਰਾ ਨੇ, ਕਾਫੀ ਪਠਾਨ ਭਾਈ ਸ਼ਿਕਵਾ ਕਰਦੇ ਨੇ ਕਿ ਹਮਜ਼ਾ ਭਾਈ ਹੁਣ ਤੁਸੀਂ ਸਾਡਾ ਜ਼ਿਕਰ ਨਹੀਂ ਕਰਦੇ, ਤੇ ਪਠਾਨ ਭਾਈਓ ਤੁਹਾਡੇ ਨਾਲ ਦਿਲ ਲੱਗੀ ਹੈ। ਦੇਖੋ ਇਹਦੀ ਅੱਖ ਦਾ ਸ਼ੋਅ ਕਰੋ, ਚੈੱਕ ਕਰੇ ਮਾਸ਼ਾਅੱਲਾ, ਕੀ ਨੂਰ ਹੈ ਯਾਰ ਵਸੀਮ ਭਾਈ, ਜ਼ਮੀਨ ਚੈੱਕ ਕਰੋ, ਦੇਖੋ ਮਾਸ਼ਾਅੱਲਾ, ਰਿੰਗ ਦੇਖੇ ਹਮਜ਼ਾ ਭਾਈ, ਮੈਂ ਕਿਹਾ ਨਾ ਅੱਜ ਇਨਸ਼ਾਅੱਲਾ ਤਾਲਾ ਮਾਸ਼ਾਅੱਲਾ, ਸਭ ਤੋਂ ਵੱਡੀ ਗੱਲ ਹੈ ਦੋਸਤੋ ਭਾਈਓ, ਸਟਰਕਚਰ ਬਹੁਤ ਕਮਾਲ ਦੇ ਹੈਗਾ ਨੇ, ਪਾਰ ਦਾ ਸ਼ੋਅ ਕਰੋ, ਦੇਖੋ ਮਾਸ਼ਾਅੱਲਾ ਦੇਖ ਰਹੇ ਹੋ, ਲੋਕ ਪਰ ਇੰਨਾ ਖੋਲਦੇ ਨੇ, ਮੈਂ ਤੁਹਾਡੇ ਸਾਹਮਣੇ ਪੂਰਾ ਬਗਲ ਵੇਖੋ ਮਾਸ਼ਾਅੱਲਾ, ਪਰ ਮੇਰਾ ਪੂਰਾ ਹੀ ਹਮੇਸ਼ਾ ਕਬੂਤਰ ਆਪਣਾ ਆਪ ਦੱਸਦਾ, ਪਰ ਭਾਵੇਂ ਨਾ ਵੀ ਖੋਲੋ, ਇਹ ਦੀ ਟੇਲ ਦੇਖੋ, ਦੇਖੋ ਟੇਲ ਆ ਕੋਈ ਫੜੀ ਏ, ਲੋਕ ਫੜਦੇ ਨੇ, ਇਹ ਦੇਖੋ ਇਹਦੇ ਪੰਜੇ 18 ਨੰਬਰ ਰਿੰਗ ਜੀ ਇਹਦੇ, ਇਹ ਦੇਖੋ ਜੀ ਇਹ ਮਾਦੀ ਜੀ ਹਮਜ਼ਾ ਭਾਈ, ਮਾਦੀ ਮਾਸ਼ਾਅੱਲਾ ਬਹੁਤ ਹੀ ਅੱਛੀ ਮਾਦੀ ਲਾਈ, ਦੇਖੋ ਨਰ ਵੀ ਬਹੁਤ ਹੀ ਅੱਛਾ ਤੇ ਮਾਦੀ ਵੀ ਬਹੁਤ ਹੀ ਅੱਛੀ, ਤੁਸੀਂ ਦੇਖੋਗੇ ਤੇ ਤੁਸੀਂ ਕਹੋਗੇ ਵਾਕਈ ਵਸੀਮ ਭਾਈ ਅੱਜ ਤੁਸੀਂ ਰੇਟ ਲੋ ਛਾ ਗਏ ਹੋ, ਐਸ ਚੈੱਕ ਕਰੇ ਮਾਸ਼ਾਅੱਲਾ, ਦੇਖੋ ਹਮਜ਼ਾ ਭਾਈ ਦੇਖੋ ਜ਼ਰੇ ਦੇਖੋ ਮਾਸ਼ਾਅੱਲਾ, ਬਹੁਤ ਹੀ ਅੱਛਾ ਪੇਰ ਹੈ ਮਾਸ਼ਾਅੱਲਾ। ਤੇ ਵਸੀਮ ਭਾਈ ਸਭ ਤੋਂ ਵੱਡੀ ਗੱਲ ਹੈ ਯੰਗ ਚੀਜ਼ਾਂ ਲਾਉਂਦੇ ਹੋ, ਯੰਗ ਵੇਖੋ ਇਹ ਲੋ, ਪਰ ਯੰਗ ਚੀਜ਼ਾਂ ਲਾਉਂਦੇ ਹੋ ਮਾਸ਼ਾਅੱਲਾ, ਐਸ ਚੈੱਕ ਕਰੋ ਲਾਸਟ ਵਾਲੇ ਬਾਰ, ਦੇਖੋ ਬਗਲ ਵੇਖੋ ਕਿੰਨੀ ਵੱਡੀ ਹੈ, ਇਹ ਲੋ ਟੇਲ ਦੇਖ ਲੋ, ਔਰ ਹੈ ਵੀ ਕੰਪੈਕਟ ਸਾਈਜ਼ ਦੀ ਮਾਦੀ ਹੈ, ਇਹ ਦੇਖੋ ਇਹ ਜੇ ਕਰੀਆਂ ਦੇ
माशाला जी माशाला, स्टैंडिंग चेक करो दोस्तों, बड़े जंगली ना बड़ी मुश्किल स्टैंडिंग लैके आए इन्हां दे। हां जी वसीम भाई मोहब्बत पा के रेट है 10,000 है ते ਤੁਹਾਡੇ ਵੀਵਰ ਵਾਸਤੇ 8,000 ਰੁਪਏ ਆ ਜਾਏਗਾ। ਵਸੀਮ ਭਾਈ ਗੁੱਡ ਹੋ ਗਿਆ ਮਾਸ਼ਾਅੱਲਾ, ਵੇਖੋ ਲੈਵਲ ਤੇ। ਵਸੀਮ ਭਾਈ ਇੰਨੇ ਦਿਨਾਂ ਬਾਅਦ ਆਇਆ ਯਾਰ, ਕੋਈ ਖਿਆਲ ਹੋਰ ਕਰ। ਮੈਂ ਦੇਖ ਲੋ ਕੀਤਾ ਤੇ ਹੈ ਜੇ 8,000 ਰੁਪਏ ਦਾ ਬਹੁਤ ਮੁਨਾਸਬ ਜੋੜਾ ਦੋਸਤੋ ਭਾਈ। ਉਹ ਅੱਖਾਂ ਚੈੱਕ ਕੀਤੀਆਂ ਨੇ, ਕਲਰ ਚੈੱਕ ਕੀਤੇ ਨੇ, ਠੀਕ ਹੈ। ਤੇ ਵਸੀਮ ਭਾਈ ਦੇ ਕੋਲੋਂ ਰਿਕੁਐਸਟ ਕਰਕੇ 6,000 ਦਾ ਕਰੋ। ਹਮਜ਼ਾ ਭਾਈ ਆ ਦੇਖ ਲੋ। ਨਹੀਂ ਨਹੀਂ ਵਸੀਮ ਭਾਈ, ਹਲੇ ਤੇ ਜੰਗ ਸ਼ੁਰੂ ਨਹੀਂ ਹੋਈ ਤੇ ਪਹਿਲੇ ਤੁਸੀਂ ਓਕੇ ਕਰੋ ਜੀ, 6 ਦਾ ਓਕੇ ਕਰੋ। ਤੁਹਾਡੇ ਵਾਸਤੇ ਤੁਹਾਡੇ ਵੀਵਰਸ ਤੇ ਬਹੁਤ ਜੰਗਲੀ ਜੋੜਾ ਦੇਖੋ, ਸਟੈਂਡਿੰਗ ਇਨ ਦੇ ਬਹੁਤ ਅੱਛਾ ਜੋੜਾ ਮਾਸ਼ਾਅੱਲਾ। ਚੈੱਕ ਕਰੋ ਦੋਸਤੋ, 6,000 ਚ ਕੋਈ ਵੀ ਨਹੀਂ ਦੇਗਾ ਇਸ ਲੈਵਲ ਦਾ ਜੋੜਾ। ਇਨਸ਼ਾਅੱਲਾ ਇਨਸ਼ਾਅੱਲਾ, ਇਹ ਜੋੜਾ ਦਿਖਾਇਆ ਭਾਈਆਂ ਨੂੰ, ਇਸ ਤਰ੍ਹਾਂ ਦਾ ਜੋੜਾ 12,000 ਦਾ ਵੀ ਲਾਇਆ ਹੋਇਆ ਵਸੀਮ ਭਾਈ। ਸੇਲ ਹੁੰਦਾ, ਲੇਕਿਨ ਸਾਡੇ ਚੈਨਲ ਦਾ ਚੈਲੰਜ ਹੈਗਾ ਕਿ ਸਾਡੇ ਚੈਨਲ ਵਰਗੇ ਰੇਟ ਨਹੀਂ ਕੋਈ ਲਾਇਆ। ਇਨਸ਼ਾਅੱਲਾ ਇਨਸ਼ਾਅੱਲਾ। ਆ ਭਾਈਓ ਕੋ ਅਗਲਾ ਪੇਅਰ ਦਿਖਾਤੇ ਆ, ਇਹ ਦੂਸਰਾ ਪੇਅਰ ਆ ਗਿਆ, ਚੈੱਕ ਕਰੇ ਦੋਸਤੋ। ਹਮਜ਼ਾ ਭਾਈ ਮਹਿਰਾਂ ਵਾਲਾ ਟੈਡੀ ਪੇਅਰ ਹੈ, ਮਾਸ਼ਾਅੱਲਾ ਬਹੁਤ ਹੀ ਅੱਛਾ ਪੇਅਰ ਹੈ। ਔਰ ਮਹਿਰਾਂ ਵਾਲੇ ਪਰਵਾਜ਼ੀ ਕਬੂਤਰ ਨੇ, ਭੈਣ ਪਰਵਾਜ਼ੀ ਨੇ, ਤੁਸੀਂ ਦੇਖੋ ਤਾਂ ਸਹੀ ਕੈਸੇ ਨੇ। ਬਹੁਤ ਅੱਛਾ ਪੇਅਰ ਹੈ ਅਭੀ ਮੇਰਾ। ਇਹ ਦੇਖੋ ਹਮਜ਼ਾ ਭਾਈ, ਇਸ ਦੀ ਬਣਤਰ ਦੇਖੋ, ਇਹ ਨਾਰੇ ਦੋਸਤੋ ਬਹੁਤ ਅੱਛਾ ਨਾਰੇ। ਵਸੀਮ ਭਾਈ ਇੱਕ ਗੱਲ ਦੱਸੋ ਯਾਰ, ਜੋ ਤੁਸੀਂ ਰੇਟ ਲਗਾ ਦਿੰਦੇ ਹੋ ਬੜੇ ਕਮਾਲ ਦੇ ਰੇਟ ਲਾਉਂਦੇ ਹੋ। ਮਾਸ਼ਾਅੱਲਾ ਇਹੀ ਤੇ ਮੇਰਾ ਤੇ ਜ਼ਰੂਰਤਮੰਦ ਭਾਈ ਦਾ, ਤੁਸੀਂ ਇੰਨੇ ਮੁਨਾਸਬ ਰੇਟ ਲਾ ਕੇ ਫੌਰਨ ਵਾਲਾ ਕੰਮ ਹੋ ਜਾਏਗਾ। ਐਸੀ ਗੱਲ ਹੈ, ਐਸੀ ਗੱਲ। ਇਹ ਦੇਖੋ ਦੋਸਤੋ ਭਾਈ, ਉਹ ਇਹੀ ਜੋੜੇ ਹੈਗੇ ਨੇ ਜਿਹੜੇ 12,000 ਤੇ 10,000 ਚ ਵੀ ਸੇਲ ਹੋ ਰਹੇ ਨੇ। ਲੇਕਿਨ ਮੈਂ ਇਸੇ ਵਾਸਤੇ ਤੇ ਕਹਿਣਾ ਕਿ ਮੇਰੇ ਅੱਧੇ ਘੰਟੇ ਚ ਕਬੂਤਰ ਸੇਲ ਹੋ ਜਾਂਦੇ ਨੇ, ਬਾਅਦ ਚੋਂ ਬਹੁਤ ਫੋਨ ਆਉਂਦੇ ਨੇ। ਲੇਕਿਨ ਫੋਨ ਆਣਾ ਚਾਹੀਦਾ। ਇਹ ਦੇਖੋ ਭਰਾ ਮੁਹੱਬਤ ਕਰਦੇ ਦੇਖੋ, ਮਾਸ਼ਾਅੱਲਾ ਤੇਲ ਦੇਖ ਲਓ। ਇਹ ਦੇਖ ਲਓ ਮੇਰੇ ਹੱਥ ਪਿੱਛੇ ਜੇ, ਐ ਨਹੀਂ ਕਿ ਮੈਂ ਜਿਹੜਾ ਇਹ ਦੇਖੋ ਪੰਜੇ ਚੈੱਕ ਕਰੋ ਦੋਸਤੋ, 31 ਨੰਬਰ ਕੜੀ ਭਾਈ ਮਾਦੀ ਹੈ, ਬਹੁਤ ਅੱਛੀ ਮਾਦੀ ਹੈ। ਦੇਖੋ ਪਰਵਾਜ਼ੀ ਕਬੂਤਰਾਂ ਦੇ ਜ਼ਰੇ ਹੁੰਦੇ ਨੇ ਹਮਜ਼ਾ ਭਾਈ, ਹੋਣੇ ਚਾਹੀਦੇ ਨੇ। ਦੇਖੋ ਹਮਜ਼ਾ ਭਾਈ, ਮੈਂ ਵੀਡੀਓ ਚ ਇਹੀ ਕਹਿਣਾ ਕਿ ਜਿਸ ਕਬੂਤਰ ਚ ਇਹ ਪਰ ਹੁੰਦਾ ਉਹ ਬੱਚੇ ਮਾਸ਼ਾਅੱਲਾ ਬੜੇ ਉਡਾਉਂਦਾ ਹੈ, ਆਪ ਵੀ ਬੜਾ ਉੱਡਦਾ। ਇਹ ਲੋ ਜਿਹੜੀ ਟੇਲ, ਬੰਦ ਟੇਲ, ਇਹ ਜਿਹਦੇ ਪੰਜੇ ਮਾਸ਼ਾਅੱਲਾ ਸਟੈਂਡਿੰਗ ਦੇਖੋ ਦੋਸਤੋ, ਬਹੁਤ ਹੀ ਜੰਗਲੀ ਕਬੂਤਰ ਹੈਗੇ ਜੀ, ਯਕੀਨ ਕਰੋ ਟੱਕਰਾਂ ਮਾਰਦੇ ਪਏ ਨੇ। ਸਾਨੂੰ ਪਤਾ ਜਿਸ ਤਰ੍ਹਾਂ ਅਸੀਂ ਸਟੈਂਡਿੰਗ ਲੈ ਕੇ ਆ ਰਹੇ ਹਾਂ। ਤੇ ਹਾਂਜੀ ਵਸੀਮ ਭਾਈ ਮੁਹੱਬਤ ਪਾ ਦਿਓ, ਇਹਦਾ ਮੁਹੱਬਤ ਪਾ ਕੇ ਇਹਦਾ ਰੇਟ ਤੇ 10,000 ਹੈ, 8,000 ਰੁਪਇਆ ਹੋ ਜਾਏਗਾ ਹਮਜ਼ਾ ਭਾਈ ਤੁਹਾਡੇ ਵੀਵਰ ਵਾਸਤੇ। ਵਸੀਮ ਭਾਈ ਮੁਹੱਬਤ ਪਾ ਦਿੱਤੀ ਹੈ, ਯਕੀਨ ਕਰੋ ਵਾਕਈ ਮੁਹੱਬਤ ਪਾਈ ਹੈ। ਨਜ਼ਰ ਆ ਰਿਹਾ ਕਿ 8,000 ਰੁਪਏ ਦਾ ਜੋੜਾ ਤੁਸੀਂ ਟੈਡੀ ਲਾਤਾ। ਦੇਖੋ ਦੇ ਅੱਖ ਚਮਕ ਦਮਕ ਹਰ ਚੀਜ਼ ਇਹਦੀ ਮਾਸ਼ਾਅੱਲਾ ਬਹੁਤ ਅੱਛੀ। ਕਬੂਤਰ ਦੇ ਦੇਖ ਲਓ ਟੱਕਰਾਂ ਮਾਰ। ਅੱਛਾ ਵਸੀਮ ਭਾਈ ਅਸੀਂ ਵੀ ਇੱਕੋ ਹੀ ਗੱਲ ਕਰੀਏ, ਕਰੋ ਜੀ ਮੁਹੱਬਤ ਪਾਣੀ ਹੈ ਤੇ 6,000 ਦਾ ਦਿਓ, ਅਗਰ ਵਾਕਈ ਮੁਹੱਬਤ ਚਾਹੁੰਦੇ ਹੋ। ਭਾਈਆ ਦੇਖ ਲਓ ਯਾਰ, ਤੁਸੀਂ ਪਹਿਲਾਂ ਵੀ ਤੁਸੀਂ ਮਨਾ ਲਈ ਆਪਣੀ। ਮੈਂ ਕਹਿੰਦਾ ਅਗਰ ਮੈਂ ਇੰਨਾ ਦੂਰ ਆਇਆ, ਵੇਖੋ ਮੈਂ 2,000 ਰੁਪਏ ਦਾ ਕੈਰੇਜ ਕਰਕੇ ਤੁਹਾਡੇ ਤੱਕ ਆਇਆ, ਠੀਕ ਹੈ। ਤੇ ਮੈਂ ਕਹਿੰਦਾ ਕਿ ਚਲੋ ਯਾਰ ਮੁਹੱਬਤ ਭਾਈਆਂ ਨੂੰ ਤੇ ਫਾਇਦਾ ਹੋਵੇ ਨਾ, ਤਾਂ ਕਿ ਸਾਡੀ ਵੀਡੀਓ ਦੇ ਵਿਊਜ਼ ਅੱਛੇ ਹੋਣ ਤੇ ਸਾਡੇ ਲਾਈਕ ਅੱਛੇ ਹੋਣ, ਅਗਰ ਰੇਟ ਅੱਛਾ ਲਾਵਾਂਗੇ ਤੇ ਸਾਨੂੰ ਲੋਕ ਜ਼ਿਆਦਾ ਪਸੰਦ ਕਰਨਗੇ। ਚਲੋ ਜੀ ਓਕੇ ਕਰੋ, ਅੱਜ ਤੁਸੀਂ ਸਾਨੂੰ ਲੁੱਟਣ ਆਏ ਹੋ, ਲੁੱਟ ਲਓ ਜੀ। ਮੈਂ ਨਹੀਂ ਲੁੱਟ ਰਿਹਾ ਭਾਈਆਂ ਨੂੰ, ਤੁਸੀਂ ਤੁਹਾਡੇ ਵੀਵਰਸ ਨੇ, ਤੁਸੀਂ ਲੁਟਾ ਰਹੇ ਹੋ, ਮੈਂ ਤੁਹਾਨੂੰ ਕਹਿ ਰਿਹਾ 8, ਤੁਸੀਂ ਕਹਿ ਰਹੇ ਨਹੀਂ 6, ਚਲੋ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਉਸ ਤਰ੍ਹਾਂ ਹੀ ਠੀਕ ਹੈ। 6,000 ਚ ਕੋਈ ਦੇਗਾ ਨਾ ਇਸ ਤਰ੍ਹਾਂ ਦਾ ਜੋੜਾ ਤੇ ਦੋਸਤੋ ਸਾਨੂੰ ਸਕਰੀਨ ਸ਼ਾਟ ਲਾਜ਼ਮੀ ਭੇਜਣਾ ਜੇ। ਹਮਜ਼ਾ ਭਾਈ ਇਹ ਸਲਾਰਾ ਕਮੱਗਰ ਪਏ ਦੇ ਤੀਸਰੇ ਨੰਬਰ ਤੇ, ਮਾਸ਼ਾਅੱਲਾ ਬਹੁਤ ਅੱਛਾ। ਮੈਨੂੰ ਨਾ ਪਠਾਨ ਭਾਈ ਬੜਾ ਫੋਨ ਕਰਦੇ ਨੇ, ਵਸੀਮ ਭਾਈ ਕੋਈ ਲਾਲ ਅੱਖਾਂ ਵਾਲੇ ਸਲਾਰੇ ਇਸ ਤਰ੍ਹਾਂ ਦੇ ਲਾਲ ਅੱਖਾਂ ਵਾਲੇ ਕਬੂਤਰ ਦਿਖਾਓ। ਤੇ ਯਾਰ ਪੰਜਾਬੀਆਂ ਦੇ ਵੀ ਫੇਵਰੇਟ ਨੇ ਉਹ ਵੀ ਮਾਸ਼ਾਅੱਲਾ, ਲੇਕਿਨ ਮਾਸ਼ਾਅੱਲਾ ਇਹ ਦੇਖੋ ਨਾ ਬਹੁਤ ਅੱਛਾ ਪੇਅਰ ਮਾਸ਼ਾਅੱਲਾ ਜੀ। ਜਿਨ੍ਹਾਂ ਦੇ ਨਸੀਬ ਚ ਹੋਣਗੇ ਅੱਜ ਦੇ ਕਬੂਤਰ ਸਿਰਫ ਉਹਨਾਂ ਨੂੰ ਜਾਣਗੇ, ਤੇ ਅੱਜ ਚੈਲੰਜ ਵਾਲਾ ਰੇਟ ਹੈ ਕਿ ਇਨਸ਼ਾਅੱਲਾ ਲੈਵਲ ਦਾ ਰੇਟ ਹੈ ਦੋਸਤੋ। ਇਨਸ਼ਾਅੱਲਾ ਇਨਸ਼ਾਅੱਲਾ, ਇਹ ਉਹ ਬੰਦੇ ਹੈਗੇ ਨੇ ਕਿ ਅਸੀਂ ਇਹਨਾਂ ਨੂੰ ਕਹਿਣਾ ਨਾ ਕਿ ਰੁਪਏ ਦੀ ਚੀਜ਼ ਲਾ ਦਿਓ, ਤੇ ਇਹਨਾਂ ਨੇ ਇਹ ਨਹੀਂ ਵੇਖਣਾ ਕਿ ਹਮਜ਼ਾ ਭਾਈ ਤੁਹਾਨੂੰ ਤੇ ਮੈਂ ਕਿਹਾ ਤੁਸੀਂ ਆਪਣੇ ਵੀਵਰਸ ਨੂੰ ਖੁਸ਼ ਕਰਨਾ, ਸਾਡਾ ਮਾਨ ਰੱਖਦੇ ਨੇ, ਤੁਸੀਂ ਆਪੀ ਤੇ ਕਿਹਾ ਜੀ ਵੀਵਰਸ ਨੂੰ ਖੁਸ਼ ਕਰਨਾ, ਤੇ ਮੈਂ ਕਿਹਾ ਇਨਸ਼ਾਅੱਲਾ ਤਾਲਾ ਜੀ। ਇਹ ਨਾਰਾ ਦੋਸਤੋ, ਇਹ ਕਬੂਤਰ ਅਗਰ ਭਰੀ ਛੋਤੋਂ ਕੇ ਉੱਪਰ ਜਾਏ ਨਾ, ਤੇ ਜਿਤਨੇ ਕਾ ਹਮ ਜੋੜਾ ਸੇਲ ਕਰ ਰਹੇ ਉਤਨੇ ਕਾ ਉਹ ਬੱਚਾ ਦੇਤੇ, ਬੱਚਾ ਦੇਤੇ। ਐਸੇ ਹੀ ਹਮਜ਼ਾ ਭਾਈ ਆਂਗ ਦਿਖਾਣਾ, ਇਹ ਦੇ ਵਾਕਈ ਲੈਵਲ ਦਾ ਜੋੜਾ ਕੜਿਆ ਯਾਰ। ਦੇਖੋ ਹਮਜ਼ਾ ਭਾਈ ਤੁਸੀਂ ਆਪ ਹੀ ਜਿਹੜਾ ਹਲਕਾ ਹੁੰਦਾ, ਤੁਸੀਂ ਕਹਿੰਦੇ ਇਹ ਲਾਣਾ ਹੀ ਨਹੀਂ ਵਸੀਮ ਭਾਈ, ਇਹ ਵੀਡੀਓ ਚ ਲਾਣਾ ਨਹੀਂ, ਤੁਸੀਂ ਆਪ ਤੇ ਕਹਿੰਦੇ ਹੋ ਮੈਨੂੰ। ਖਾਸ ਕਰ ਤੁਹਾਡੀ ਛੱਤ ਤੇ ਮੈਂ ਬਿਲਕੁਲ ਨਹੀਂ ਲਾਣ ਦਿੰਦਾ ਹਲਕਾ ਕਬੂਤਰ, ਕਿਉਂ ਤੁਹਾਡੇ ਕੋ ਆਣਾ ਬੜੀ ਦੂਰ ਹੁੰਦਾ। ਇਹ ਦੇਖੋ
ਤੇ ਸਾਡੇ ਇੰਨਾ ਦੂਰ ਆਉਣ ਦਾ ਸਫ਼ਰ ਵੀ ਤੇ ਅਸੀਂ ਕਰਨਾ ਹੈ ਤੇਲ ਜੀ ਆ ਦੇ ਦੁੰ ਮਾਰ ਹੀ ਹੈ ਜੀ ਹਾਂਜੀ ਬਿਲਕੁਲ ਸਿੰਗਲ ਪਤਾ ਦੋ ਮੈਂ ਇਹ ਦੇਖੋ ਇਹ ਦੇਖ ਪੰਜੇ ਵੀ ਯਾਰ ਤੁਸੀਂ ਕੀ ਅਖੀਰ ਦੇ ਪੰਜੇ ਲਗਾ ਰਹੇ ਹੋ ਹਮਜ਼ਾ ਭਾਈ ਮਾਦੀ ਜੀ ਚੈੱਕ ਕਰੋ ਦੋ ਮਾਸ਼ਾਅੱਲਾ ਬਹੁਤ ਅੱਛੀ ਮਾਦੀ ਹੈ ਗਲੀ ਦੇ ਵਿੱਚ ਆਣ ਜਾਣ ਵਾਲੇ ਲੋਕਾਂ ਨੂੰ ਵੇਖ ਰਹੀ ਹੈ ਹਾਂਜੀ ਦੇਖੋ ਹਮਜ਼ਾ ਭਾਈ ਅੱਖ ਚ ਜ਼ਰੇ ਮਾਸ਼ਾਅੱਲਾ ਬਹੁਤ ਅੱਛੀ ਆਖੇ ਦੇਖੋ ਦਾ ਕਲੇਜੀ ਆਖੇ ਦੋਸਤੋ ਇਹਨੂੰ ਕਲੇਜੀ ਅੱਖ ਕਿਹਾ ਜਾ ਸਕਦਾ ਪਰਦਾ ਸ਼ੋਅ ਕਰੋ ਸਲਾਰੇ ਪਰ ਦੇਖੋ ਸਲਾਰੇ ਪਰ ਮਾਸ਼ਾਅੱਲਾ ਐਂਡ ਵਾਲੇ ਪਰ ਚੈੱਕ ਕਰੋ ਦੋਸਤੋ ਕੀ ਲੈਵਲ ਦੇ ਪਰ ਹੈਗੇ ਨੇ ਇਹ ਟੇਲ ਦੇਖ ਲਓ ਹਰ ਚੀਜ਼ ਦੀ ਤਰਫੋਂ ਨਾ ਬੈਲੈਂਸ ਹੋਇਆ ਹਾਂਜੀ ਇਹ ਦੇਖੋ ਪੰਜੇ ਦੇ ਦੇਖੋ ਮਾਸ਼ਾਅੱਲਾ ਯਾਰ ਕੀ ਸਟੈਂਡਿੰਗ ਹੈਗੇ ਨਾ ਗਨ ਸਟੈਂਡਿੰਗ ਇਹਨੂੰ ਕਿਹਾ ਜਾ ਸਕਦਾ ਅਗਰ ਕਿਹਾ ਜਾਏ ਤੇ ਗਲਤ ਨਹੀਂ ਹੈ ਕਿ ਵਾਕਈ ਇਹ ਜੋਰਾ ਲੈਵਲ ਦਾ ਤੇ ਹਾਂਜੀ ਵਸੀਮ ਬਾਈ ਹਮਜ਼ਾ ਭਾਈ ਹੁਣ ਅਸੀਂ ਕੀ ਤੁਹਾਡੇ ਨਾਲ ਬੋਲੀਏ ਇਹ ਜੋੜਾ 10,000 ਦਾ ਇਹ 8,000 ਦਾ ਲਾਣਾ ਜੀ ਵਸੀਮ ਬਾਈ 8,000 ਰੁਪਏ ਚ ਓਕੇ ਕਰੋ ਯਾਰ ਮੁਨਾਸਬ ਹੈਗਾ ਲੇਕਿਨ ਦਿਲ ਚ ਇੱਕ ਆਵਾਜ਼ ਆਉਂਦੀ ਹੈ ਕਿ ਯਾਰ ਵਸੀਮ ਬਾਈ ਦੇ ਕੋਲ ਅਸੀਂ ਇੰਨੀ ਦੂਰੋਂ ਆਏ ਹਾਂ ਤੇ ਰੇਟ ਇਸ ਤਰ੍ਹਾਂ ਦਾ ਲਓ ਕਿ ਮੈਂ ਕਹਿੰਦਾ ਇੱਕੋ ਹੀ ਬੰਦਾ ਤੁਹਾਨੂੰ ਕਵੇ ਵਸੀਮ ਬਾਈ ਸਾਰੇ ਕਰ ਦਿਓ ਤੇ ਇਸ ਤਰ੍ਹਾਂ ਹੁੰਦਾ ਹਾਂਜੀ ਹੁੰਦਾ ਹੈ ਨਹੀਂ ਕਿ ਨਹੀਂ ਹੁੰਦਾ ਇਸ ਤਰ੍ਹਾਂ ਹੀ ਹੁੰਦਾ ਕਿ ਜਿਹੜਾ ਬੰਦਾ ਪਹਿਲੇ ਵੀਡੀਓ ਵੇਖ ਲੈਂਦਾ ਉਹ ਕਹਿੰਦਾ ਯਾਰ ਇਸ ਲੈਵਲ ਦੇ ਜੋਰੇ ਕੌਣ ਦੇਗਾ ਤੇ ਇਹ ਵੀ ਵਸੀਮ ਬਾਈ 6,000 ਚ ਕਰੋ ਸਾਡਾ ਅੱਜ ਦਾ ਚੈਲੰਜ ਚਲੋ ਠੀਕ ਹੈ ਜੀ ਹਮਜ਼ਾ ਭਾਈ 6 ਦਾ ਹੀ ਹੋ ਗਿਆ ਅਗਰ ਕੋਈ ਇਸ ਤਰ੍ਹਾਂ ਦੇ ਜੋਰੇ ਤੁਹਾਨੂੰ 6,000 ਚ ਦੇ ਤੇ ਸਾਨੂੰ ਸਕਰੀਨ ਸ਼ਾਟ ਭੇਜਣਾ ਜੀ ਦੋਸਤੋ ਠੀਕ ਹੈ ਹਮਜ਼ਾ ਭਾਈ ਇਹ ਜੋੜਾ ਜੇ ਟੈਡੀ ਬਹੁਤ ਅੱਛਾ ਜੋੜਾ ਨੰਬਰ 4 ਹੈ ਸਲਾਰਾ ਟੈਡੀ ਇਹ ਵੀ ਬਹੁਤ ਅੱਛਾ ਜੋੜਾ ਮੇਰਾ ਮਾਸ਼ਾਅੱਲਾ ਯਾਰ ਵਸੀਮ ਭਾਈ ਹੋ ਸਕਦਾ ਕਿ ਵੀਡੀਓ ਤੋਂ ਬਾਅਦ ਮੈਂ ਹੀ ਡੱਬੇ ਚ ਪਾ ਕੇ ਲਾਈਆਂ ਇਨਸ਼ਾਅੱਲਾ ਹੋ ਸਕਦਾ ਕਿ ਮੈਂ ਭਾਈ ਨਾ ਇਸ ਤਰ੍ਹਾਂ ਦਾ ਜੋੜਾ ਕਰੀਮ ਅੱਖਾਂ ਵਾਲਾ ਕਬੂਤਰ ਹੈ ਔਰ ਮਾਦੀ ਬਹੁਤ ਰੇਟ ਲਵਾਤੇ ਨਾ ਹੁਣ ਭਾਈਆਂ ਨੂੰ ਪਤਾ ਹੈ ਕਿ ਹੋ ਸਕਦਾ ਕਿ ਆਪਣੇ ਵਾਸਤੇ ਹੀ ਇੰਨਾ ਰੇਟਾਂ ਦੇ ਲਵਾ ਰਿਹਾ ਵਾਂ ਇਸ ਤਰ੍ਹਾਂ ਹੀ ਹੈ ਇਹ ਨਾਰਾ ਦੋਸਤੋ ਚੈੱਕ ਕਰੇ ਯਾਰ ਵਸੀਮ ਭਾਈ ਦੋਸਤਾਂ ਨੂੰ ਦਿਖਾ ਦੇਣੇ ਨੇ ਤੇ ਦੋਸਤਾਂ ਕੋਲ ਹੀ ਜਾਣਗੇ ਇਨਸ਼ਾਅੱਲਾ ਦੇਖੋ ਬੰਦੇ ਆ ਗਿਆ ਔਰ ਅੱਖ ਦਾ ਸ਼ੋਅ ਕਰੋ ਜਿਹੜੇ ਕਹਿੰਦੇ ਨੇ ਨਾ ਯਰਕਾਨੀ ਇਹ ਕਰੀਮ ਅੱਖ ਹੈ ਯਰਕਾਨੀ ਨਹੀਂ ਮੈਨੂੰ ਕਹਾਂਗਾ ਕਰੀਮ ਅੱਖ ਔਰ ਦੇਖੋ ਬਹੁਤ ਅੱਛਾ ਇਹਦੇ ਔਰ ਕਰੀਮ ਅੱਖ ਕੰਮ ਕਰਦੀ ਹੈ ਯਰਕਾਨੀ ਕੰਮ ਨਹੀਂ ਕਰਦੇ ਇਹ ਦੇਖੋ ਕਰੀਮ ਅੱਖ ਜੇ ਹੈ ਮਹਿਰਾਂ ਵਾਲੇ ਕਬੂਤਰਾਂ ਦੀਆਂ ਵੀ ਕਰੀਮ ਅੱਖਾਂ ਹੀ ਨੇ ਇਹ ਲਓ ਜੀ ਇਹਦਾ ਪਰਦਾ ਸ਼ੋਅ ਕਰੋ ਮਾਸ਼ਾਅੱਲਾ ਪਰ ਆ ਰਿਹਾ ਕੱਢ ਰਿਹਾ ਤੇ ਇਹ ਪਰ ਵੇਖੋ ਦੋਸਤੋ ਜਿਹੜੇ ਕਬੂਤਰ ਚ ਇਹ ਪਰ ਹੋਏਗਾ ਨਾ ਉਹਨੂੰ ਦੱਸਣ ਦੀ ਜ਼ਰੂਰਤ ਹੀ ਨਹੀਂ ਹੈ ਕਿ ਅੱਛਾ ਕਿ ਨਹੀਂ ਅੱਛਾ ਇਹ ਟੇਲ ਜੇ ਦੋਮ ਚ ਵੀ ਉਹੀ ਪਾ ਰਹੇ ਹਾਂਜੀ ਪੰਜੇ ਚੈੱਕ ਕਰਿਆ ਮਾਸ਼ਾਅੱਲਾ 4 ਨੰਬਰ ਹੈਗਾ ਤੇ ਨੰਬਰ 4 ਤੇ ਹੀ ਆਇਆ ਚੈੱਕ ਕਰੋ ਇਹ ਦੇਖੋ ਇਹ ਮਾਦੀ ਹਮਜ਼ਾ ਭਾਈ ਚੈੱਕ ਕਰੋ ਮਾਦੀ ਤੁਸੀਂ ਦੇਖੋਗੇ ਇਹਦੇ ਅੱਖ 'ਚ ਰਿੰਗ ਜ਼ਰੇ ਮਾਸ਼ਾਅੱਲਾ ਬਹੁਤ ਅੱਛੀ ਮਾਦੀ ਹੈ ਯਾਰ ਮੈਂ ਕਹਿੰਦਾ ਜਿੰਨੇ ਦਾ ਜੋਰਾ ਲਾ ਰਿਹਾ ਨਾ ਅੱਜ ਹਾਂਜੀ ਇੰਨੇ ਦਾ ਇੱਕ ਇੱਕ ਪੀਸ ਲੋਕ ਦੇਣਗੇ ਇਸ ਤਰ੍ਹਾਂ ਹੀ ਹਮਜ਼ਾ ਭਾਈ ਇਹਦੀ ਅੱਖ ਦਾ ਸ਼ੋਅ ਤੇ ਦੋਸਤੋ ਵੇਖੋ ਅਗਰ ਅਸੀਂ ਤਾਰੀਫ ਕਰ ਰਹੇ ਹਾਂ ਨਾ ਤੇ ਅਸੀਂ ਇਹਨਾਂ ਦੀ ਚੀਜ਼ ਵੇਖ ਕੇ ਤਾਰੀਫ ਕਰ ਰਹੇ ਹਾਂ ਅੱਖ 'ਚ ਜ਼ਰੇ ਦੇਖ ਰਹੇ ਹੋ ਹਮਜ਼ਾ ਭਾਈ ਅਗਰ ਤਾਰੀਫ ਹੈ ਤੇ ਚੀਜ਼ ਦੀ ਤਾਰੀਫ ਹੈ ਤੇ ਰੇਟ ਵੇਖ ਲਓ ਸਾਡੀ ਮਰਜ਼ੀ ਦੇ ਮੁਤਾਬਕ ਲੱਗ ਰਹੇ ਨੇ ਅਸੀਂ ਰੇਟ ਲਾਣ ਹੀ ਨਹੀਂ ਦਿੰਦੇ ਬਾਹਰ ਵਾਲੇ ਪਰ ਚੈੱਕ ਕਰੋ ਹਮਜ਼ਾ ਭਾਈ ਮਾਸ਼ਾਅੱਲਾ ਇਹ ਟੇਲ ਦੇਖ ਲਓ 4 ਨੰਬਰ ਰਿੰਗ ਦੇ 4th ਨੰਬਰ ਤੇ ਲੱਗਾ ਜੋੜਾ ਚੈੱਕ ਕਰੋ ਸਟੈਂਡਿੰਗ ਮਾਸ਼ਾਅੱਲਾ ਜੀ ਮਾਸ਼ਾਅੱਲਾ ਹਮਜ਼ਾ ਭਾਈ ਇਹ ਜਿਸ ਰੇਟ 'ਚ ਮੈਂ ਜੋੜੇ ਲਾ ਰਿਹਾ ਨਾ ਤੁਸੀਂ ਯਕੀਨ ਮੰਨੋ ਇਸ ਰੇਟ 'ਚ ਬੱਚੇ ਨਹੀਂ ਜੇ ਮਿਲਦੇ ਤੇ ਮੈਂ ਵੱਡੇ ਜੋੜੇ ਲਾ ਰਿਹਾ ਯਾਰ ਮੈਂ ਕਹਿੰਦਾ ਜ਼ਰੂਰਤਮੰਦ ਭਾਈ ਹੈਗਾ ਚਲੋ ਉਹਦੇ ਫੋਰਨ ਤੋਂ ਪਹਿਲੇ ਸੇਲ ਹੋ ਜਾਣਗੇ ਅਸੀਂ ਤੇ ਇਸ ਤਰ੍ਹਾਂ ਹੀ ਹੈ ਕਿਉਂ ਤੁਸੀਂ ਕਿਸੇ ਦੇ ਲੈ ਕੇ ਆਏ ਹੋ ਆਪਣੇ ਕਬੂਤਰ ਹੋਣ ਨਾ ਤੇ ਹੌਸਲਾ ਨਹੀਂ ਪੈਂਦਾ ਇਹਨਾਂ ਰੇਟ ਦੇ ਲਾਉਣ ਦਾ ਇਸ ਤਰ੍ਹਾਂ ਹੀ ਹੈ ਕੋਈ ਮਾੜਾ ਭਰਾ ਹੈ ਉਹ ਕਹਿੰਦਾ ਕਿ ਚਲੋ ਬਾਕੀ ਯਾਰ ਉਹਨੇ ਵੀ ਤੇ ਸ਼ੌਕ ਕੀਮਤੀ ਬਣਾਇਆ ਨਾ ਮਿਹਨਤ ਕੀਤੀ ਹੈ ਤੇ ਹਾਂਜੀ ਕੀ ਰੇਟ ਹੈ ਇਸ ਜੋਰੇ ਦਾ ਇਹਦਾ ਰੇਟ ਤੇ 10,000 ਹੈ ਇਹਦਾ 8,000 ਰੁਪਏ ਲੱਗ ਜਾਏਗਾ ਵਸੀਮ ਭਾਈ ਉਸ ਰੇਟ 'ਚ ਨਹੀਂ ਹੋ ਸਕਦਾ ਬਾਕੀ 8,000 'ਚ ਵੀ ਬਹੁਤ ਮੁਨਾਸਬ ਹੈ ਮੈਂ ਤੁਹਾਨੂੰ ਸਿਰਫ ਪੁੱਛਿਆ ਕਿ ਉਸ ਰੇਟ 'ਚ ਹੋਈਏਗਾ ਤੁਸੀਂ ਦੇਖ ਲਓ ਹਮਜ਼ਾ ਭਾਈ ਮੈਂ ਤਾਂ ਤੁਹਾਨੂੰ ਕਿਹਾ ਦੇਖ ਲਓ ਅਗਰ ਕਿਉਂ ਅਸੀਂ ਇਹ ਵੀ ਕਹਿੰਦੇ ਹਾਂ ਨਾ ਅਗਲੇ ਬੰਦੇ ਦੇ ਕੰਮ ਹੋਈਏ ਹਾਂਜੀ 6,000 'ਚ ਹੀ ਕਰ ਲਓ ਯਾਰ ਚਲੋ ਠੀਕ ਹੈ ਹਮਜ਼ਾ ਭਾਈ ਕਰਤਾ 6,000 'ਚ ਖੁਸ਼ ਹੋ ਗਏ ਅਸੀਂ ਅੱਬਾਈ ਨੂੰ ਅਗਲਾ ਫਿਰ ਦਿਖਾਤੇ ਆ 5ਵੇਂ ਨੰਬਰ ਦੇ ਉੱਪਰ ਸ਼ੌਕ ਕਰੇ ਦੋਸਤੋ ਡੱਬ ਵਾਲਾ ਪੇਰ ਹੈ ਹਮਜ਼ਾ ਭਾਈ ਮਾਸ਼ਾਅੱਲਾ ਜੀ ਬਹੁਤ ਅੱਛਾ ਪੇਰ ਹੈ ਪੁਰਾਣੇ ਕਸੂਰੀ ਡੱਬ ਵਾਲੇ ਕਬੂਤਰ ਇਸ ਤਰ੍ਹਾਂ ਹੀ ਜਿਹੜੇ ਪੁਰਾਣੇ ਕਸੂਰੀ ਡੱਬ ਵਾਲੇ ਕਬੂਤਰ ਸੀ ਦੋਸਤੋ ਭਾਈ ਉਹ ਚੈੱਕ ਕਰ ਲਓ ਇੰਨੇ 'ਚ ਲੋਕਾਂ ਨੇ ਅੱਗੇ ਜੌਂਸਰੇ ਪਾ ਕੇ ਕਾਂਟੇ ਵਾਲੇ ਡੱਬ ਵਾਲੇ ਇਸ ਤਰ੍ਹਾਂ ਹੀ ਹਮਜ਼ਾ ਭਾਈ ਇਹ ਨਾਰਾ ਕਿਉਂ ਜੀ ਵਸੀਮ ਭਾਈ ਕਾਂਟੇ ਵਾਲੇ ਬਣੇ ਤਾਂ ਹਾਂਜੀ ਇਸ ਤਰ੍ਹਾਂ ਹੀ ਹੈ ਹਮਜ਼ਾ ਭਾਈ ਜੌਂਸਰੇ ਪਏ ਨੇ ਤੇ ਕਾਂਟੇ ਵਾਲੇ ਬਣੇ ਕਾਂਟੇ ਪੈ ਗਏ ਨੇ ਆਈਸ ਚੈੱਕ ਕਰਾਂ ਦੋਸਤ ਦੇਖੋ ਹਮਜ਼ਾ ਭਾਈ ਅੱਖ ਦੇ 'ਚ ਜ਼ਰਾਤ ਦੇਖੋ ਜਿਸ ਤਰ੍ਹਾਂ ਦੀ ਤੁਸੀਂ ਚੀਜ਼ ਕਹਿੰਦੇ ਹਲਕੀ ਚੀਜ਼ ਹੁੰਦੀ ਤੁਸੀਂ ਕਹਿੰਦੇ ਮੈਂ ਜੋੜਾ ਹੀ ਨਹੀਂ ਵਸੀਮ ਭਾਈ ਲਾਣਾ ਯਾਰ ਇਹ ਤਾਂ ਜਰਾ ਇੰਡਾਲਾ ਰਹੇਗਾ ਨਾ ਮੈਨੂੰ ਉਹ ਬੜਾ ਪਸੰਦ ਆਇਆ ਸੁਰਮਈ ਰਹੇਗਾ ਕੈਸਾ ਦੇਖੋ
ते आही कबूतर उड़ते ने। हेलो हेलो देख रहे हो माशाल्लाह की खाखी सलाइया ना, ते चेक करो किस तरह खिंच के खोलिया पर दोस्तों, इना घट ही कोई खिंच के खोलता। हेलो दुम देखो भाई, वैसे नॉर्मल पर भी खोलो ना तो चीज दी समझ लेकिन नहीं, मैं नॉर्मल पर खोलता ही नहीं हमजा भाई। मैं कहना किसी दोस्त नु चीज पता चले के कोई चीज दिखाई, पंजे देख लो जाम नु पंजे जे 36 नंबर ही हमजा भाई। यार मादी जे एना थोड़ा जहरबाद होया सी लेकिन बिल्कुल ठीक ही मादी, कोई मसला नहीं, कोई बीमार नहीं उतर गया। हां जी यार देखो देखो हमजा भाई कैसी आंखें माशाल्लाह देख रहे हो तुसी, जहर बात बच्चियां नु आम हो जांदा है लेकिन ये देखो ना बिल्कुल ओके आ गया हुन, होर मजीद हफ्ते बाद बिल्कुल साफ हो जाएगा। हेलो पार दा शो करो, एदे च वेखो ए पार हैगा जे सरमई पार, यार जेरे कबूतर च सरमई पार हुंदा ना मैनू बड़ा पसंद आंदा। ए देखो ए टेल जे पंजे भी चेक कर लो, जाम नु पंजे जे 38 नंबर रिंग जे माशाल्लाह जी माशाल्लाह। ते हां जी वसीम भाई जंगली ए भी पूरे ने यार, हां जी ए भी पूरे ने हमजा भाई, स्टैंडिंग इनां दी भी लाना कम है जोरे दे रहे हो ते फिर भाइयों का भी हक बन के तानू कहन ओके। हां जी इस तरह ही हमजा भाई, चीज था उन्होंने सामने में हल्की चीज तुसी ला नहीं रहे, बाकी जरा भाई सारा सेटअप लेगा ओदे नाल ते तावन मैं तुहाडे को लाजमी पुछांगा होएगा भी इंशाल्लाह कर देंगा, होर मजीद कर देंगा। अब भाइयों को अगला पेड़ दिखाते हैं, ये छठा पेड़ है दोस्तों चेक करें हमजा भाई, ये मिसा पेड़ जे ते तुसी दसना के जिस तरह रेट तुसी दस रहे हो एहो जे रेट दे कबूतर है ने, सच्ची गल करनी तुसी भैन मैं ते अपने भाइया ते सुटिया के भाइया की मोहब्बत वास्ते उन्हां दे नाल तावन करना। वेखो असी कहने परिंदे तुहाडे जिहड़े भाई कोल जाणगे पसंद आणगे, अच्छी चीज की तारीफ करनी बनती, अगर चीज अच्छी ना हो ओहदी तारीफ ना करो। हमजा भाई है जिस रेट चलाते ने ना, अगर मैं तारीफ कर रहा मैं किसी अच्छी चीज की तारीफ करना, इन्हां रेटां दे उत्ते वाकई कोई नहीं देगा दोस्तों। हमजा भाई दी बंतर देखो, कबूतर देखना तुसी कोगे वाकई वसीम भाई कबूतर यार की रेशम दे गोले ने, एदी गर्दन दे गफ चेक करो ते कबूतर सारे मुलायम है कहने, और ए देखो ए देखो ए जिस तरह वेखो ना परां ना भरे ने, छड्डो तुसी गर्दन तो वखाओ गर्दन, ए लो ए लो ए लो गर्दन ही नजर आएगी, गर्दन नजर ही नहीं आनी, ए लो ए ही हुंदा ना प्रेल, यार की मिसा जोरा लाता माशाल्लाह। देखो अख हमजा भाई चांदी अखा कबूतर जी है देखो, ते मिसे आई चांदी अखां दे ने भैन जेड़े लाल अखां दे लोग वैसे रंग नू वेख के मिसा कह दंदे ने, असल मिसे आई ने, पर देखो हमजा भाई ते इन्हां दे विच जरगानी अखां जिवें मिसा, हां जी नहीं है मेरे को चांदी अखां दा मिसा, ए टेल देखो इहदी, ए इहदे पंजे जे कई पंजे ने यार देखो। वसीम भाई डब्बा लियाओ यार, मैं ते कहना इहनू डब्बे च सुट्टो, ठीक है हमजा भाई ए लो रेट बड़े मुनासिब लाए ने, तुसी वेखो ए भी गल कही है कि तुसी अपनी पसंद का जोड़ा लैके जा सकते हो, लेकिन जो तुसी रेट लाते ने समझ लो कि आ गया, सिर्फ तुहाडे दोस्तां नूं मोहब्बत अज मिली है, जिहड़ा तुसी जोड़ा लैणा उहनां नूं रेट लो मोहब्बत मिली। हां जी चीज देखो जरा असी जोरा लैके जाना है ना, असी 6-6 हजार का पहले कराता इंशाल्लाह, सामने 8-8, 9-9 हजार 10-10 हजार लोग मांग रहे ने, तुसी कहा जी मैं क्या 8 हजार, तुसी कहने जी वसीम भाई 6 हजार चल रहा, 6 हजार दे लाल, ते मैं क्या चलो ठीक है हमजा भाई तुसी साडी इन्नी मन्नियां हुण अगर असी तुहाडे को जोरा गिफ्ट लै जाइए गलत गल है। ऐ देखो इहदी अख दा शो करो हमजा भाई, क्यों असी कहने आ वेखो कि जरूरतमंद भरा हैगा, इहदी चांदी अखां दी मादी जी जिदे तुसी परिंदे सेल कर रहे हो, हां जी ओहनू भी ओहदी भी जरूरत पूरी हो जाएगी। ऐ देखो पार दा शो करो भाई जाना सदका जा रही है जो तुसी कर रहे हो, हाँ जी यही गल है हमजा भाई, कई दोस्त मेनू कहेंगे कोई 10-20 हजार मैं भेज रहा, नहीं मेहरबानी है चीज वेचनी है, चीज खरीदोगे वो काम है, वो मोहब्बत हो जाएगी, इस तरह हेल्प नहीं करनी, हेल्प इस तरह नहीं करनी। मेनू काफी मेरे दोस्त है ने मेनू कहने वसीम भाई तानू किसी चीज की जरूरत हो तानू एक कॉल करो, 10-20-50 हजार लाख चाहिए है तो असि तानू भेज दांगे, तो उन्हां दी बड़ी मेहनत ने चीज खरीदनी है, पहला की गल है चीज खरीदोगे ते अगले दी मतलब अगला भी भाई जान खुद गर्ज हैगा ना, हां जी एलो ए दे पंजे, वो भी गैरतमंद बंदा हैगा, वो हेल्प वाले काम च नहीं आंदा, नहीं उन्हें नहीं आना,
ਉਹ ਕਹਿੰਦਾ ਮੇਰੀ ਚੀਜ਼ ਵੇਖੋ, ਉਹਨੇ ਕਿਹਾ ਮੇਰੀ ਭਾਵੇਂ ਕੋਟੀਆਂ ਭਾ ਵੇਚ ਦੋ ਤੇ ਵੇਚ ਕੇ ਕੰਮ ਦਿਓ। ਹਾਂਜੀ ਮਾਸ਼ਾਅੱਲਾ ਸਟੈਂਡਿੰਗ ਚੈੱਕ ਕਰੋ ਦੋਸਤੋ। ਤੇ ਵਸੀਮ ਬਈ ਬੜੇ ਦੋਸਤਾਂ ਕੋਲੋਂ ਮੈਂ ਵੀ ਲੈ ਕੇ ਆਉਂਦਾ, ਅਸੀਂ ਵੀ ਵੇਖੋ ਮੌਕੇ ਦਾ ਫਾਇਦਾ ਚੁੱਕ ਲੈਂਦੇ ਹਾਂ, ਜਿਹੜਾ ਜ਼ਰੂਰਤਮੰਦ ਹੋਏ ਜਾਂ ਜਿਹੜਾ ਫਸਿਆ ਹੋਏ ਉਹਦੇ ਕੋਲ ਹੀ ਸਸਤੇ ਰੇਟ ਆਉਂਦੇ ਮਿਲਦੇ ਨੇ। ਇਸ ਤਰ੍ਹਾਂ ਹੀ ਹਮਜ਼ਾ ਭਾਈ, ਜਿਹਨੂੰ ਜ਼ਰੂਰਤ ਨਹੀਂ ਹੈ ਉਹਨੇ ਕਾਹਦੇ ਲਈ ਦੇਣਾ ਸਸਤਾ, ਉਹ ਇਹਨਾਂ ਦਾ ਬੱਚਾ 5-5 ਹਜ਼ਾਰ ਦਾ ਵੇਚਣਗੇ। ਜਿਹੜਾ ਜ਼ਰੂਰਤਮੰਦ ਉਹਦੇ ਕੋਲ ਤੁਹਾਨੂੰ ਇਸ ਲੈਵਲ ਦੇ ਜੋੜੇ 6-6 ਕਿੰਨੇ ਦਾ ਹੈਗਾ ਜੀ? ਇਹ 8 ਹਜ਼ਾਰ ਦਾ। ਯਾਰ ਵੇਖੋ ਹੁਣ ਮੇਰੇ ਮੂੰਹ ਚੋਂ 6 ਹਜ਼ਾਰ ਨਿਕਲ ਗਿਆ। ਚਲੋ ਹਮਜ਼ਾ ਭਾਈ ਨਿਕਲ ਗਿਆ 6 ਹਜ਼ਾਰ ਤੇ, ਹੁਣ ਠੀਕ ਹੈ ਉਹਦੀ ਵਿਚਾਰੇ ਦੀ ਜ਼ਰੂਰਤ ਪੂਰੀ ਹੋ ਜਾਏਗੀ। ਠੀਕ ਹੈ 6 ਦਾ ਹੀ ਹੋ ਗਿਆ। ਓਕੇ ਹਾਂ ਵੇਖੋ 6 ਹਜ਼ਾਰ ਦੇ ਹਿਸਾਬ ਨਾਲ ਵੀ ਅਗਰ ਤੁਸੀਂ 10 ਕ ਜੋੜੇ ਲਾ ਦਿਓ ਠੀਕ ਹੈ ਤੇ 60 ਹਜ਼ਾਰ ਰੁਪਇਆ ਬਣ ਗਿਆ। ਇਸ ਤਰ੍ਹਾਂ ਹੀ ਹੈ ਤੇ ਇੱਕ ਬੰਦੇ ਦੀ ਹੈਲਪ ਹੋਈ ਹੈਗੀ ਯਾਰ, 60 ਹਜ਼ਾਰ ਰੁਪਇਆ ਬੜੀ ਅੱਛੀ ਅਮਾਊਂਟ ਹੈਗੀ ਹੈ। ਇਸ ਤਰ੍ਹਾਂ ਹੀ ਹਮਜ਼ਾ ਭਾਈ। ਭਾਈ ਕੋ ਅਗਲਾ ਪਿਰ ਦਿਖਾਤੇ ਹਾਂ ਤੇ ਬੜੇ ਦੋਸਤ ਰਹਿ ਗਏ ਨੇ, ਮੈਨੂੰ ਪਤਾ ਨਾ ਯਾਰ ਕਾਫੀ ਦੋਸਤਾਂ ਨੇ ਅਗਲੇ ਦਿਨ ਵੀਡੀਓ ਵੇਖਣੀ, ਉਸ ਤੋਂ ਅਗਲੇ ਦਿਨ ਵੇਖਣੀ, ਉਹਨਾਂ ਨੇ ਫੋਨ ਕਰਨਾ ਹੀ ਕਰਨਾ ਕਰਨਾ ਹੀ ਹੈ। ਉਹ ਫਿਰ ਰਹਿ ਜਾਣਗੇ, ਚਲੋ ਜਿਹਦੇ ਨਸੀਬਾਂ ਚ ਹੋਣਗੇ ਉਹਨੂੰ ਮਿਲ ਜਾਣਗੇ। ਠੀਕ ਹਮਜ਼ਾ ਭਾਈ, ਇਹ 7ਵਾਂ ਜੋੜਾ ਜੇ ਮਾਸ਼ਾਅੱਲਾ ਚੈੱਕ ਕਰੋ, ਇਹ ਵੀ ਬਹੁਤ ਅੱਛਾ ਜੋੜਾ, ਟੈਡੀ ਜੋੜਾ ਜੇ ਔਰ ਬੱਚੇ ਉਡਾਉਣ ਵਾਲਾ ਜੋੜਾ ਜੇ। ਕੀ ਬਾਤ ਹੈ ਜੀ, ਇਹ ਨਾਰਾ ਦੋਸਤੋ, ਇਹ ਵੇਖੋ ਮਾਸ਼ਾਅੱਲਾ ਦੀ ਬੰਤਰ ਦੇਖੋ ਔਰ ਇਹ ਬਹੁਤ ਅੱਛਾ ਨਾਰੇ, ਇਹਦੀ ਅੱਖਾਂ ਜਿਹੜੀ ਨਾ ਇਸ ਅੱਖ ਦੇ ਚੋਂ ਜਰਕਾਨੀ ਬਣਾ ਲਓ, ਕਰੀਮ ਬਣਾ ਲਓ, ਬਹੁਤ ਅੱਛਾ ਕਬੂਤਰ ਹੈ, ਬਣਾ ਜੋ ਮਰਜ਼ੀ। ਹਾਂਜੀ ਇਹ ਦੇਖੋ ਇਹਦੀ ਅੱਖ, ਤੁਸੀਂ ਦੇਖੋਗੇ ਤੁਸੀਂ ਆਪ ਕਹੋਗੇ ਵਸੀਮ ਭਾਈ ਸਹੀ ਕਿਹਾ ਜੀ ਤੁਸੀਂ, ਦੇਖੋ ਇਹਦੀ ਅੱਖ ਮਾਸ਼ਾਅੱਲਾ। ਲੇਕਿਨ ਅੱਗੋਂ ਤੁਸੀਂ ਜਰਾ ਭਾਈ ਫੋਨ ਤੇ ਰਾਬਤਾ ਕਰਿਓ, ਉਹਨੂੰ ਤੁਸੀਂ ਟ੍ਰਿਕ ਵੀ ਦੱਸਣਾ। ਇਨਸ਼ਾਅੱਲਾ ਜ਼ਰੂਰ, ਸਾਰੀਆਂ ਗੱਲਾਂ ਅਸੀਂ ਵੀਡੀਓ 'ਚ ਦੱਸਤਾ ਤੇ ਫੋਨ ਵੇਖੋ ਨਾ ਫਿਰ ਜਰੇ ਭਾਈ ਕਰ ਦੇਣਾ ਉਹਨਾਂ ਦਾ ਹੱਕ ਹੈ। ਜਿਹੜਾ ਤੁਸੀਂ ਪਰ ਕਹਿੰਦੇ ਆ ਲਓ ਇਹਦੇ 'ਚ ਵੀ ਹੈ, ਇਸ ਤੋਂ ਅਗਲਾ ਪਰ ਵੀ ਖੋਲੋ ਲਾਲ ਲੋ, ਮੈਂ ਦੋਵੇਂ ਇਹ ਬੱਚੇ ਉਡਾਉਣ ਵਾਲਾ ਹੁੰਦਾ ਜੇ, ਇਹ ਦੇਖੋ ਨਾ ਇਹਦੇ, ਹੁਣ ਅਸੀਂ ਇਹਨੂੰ ਕਹਾਂਗੇ ਲਾਲ ਪਰੀ ਲੇਕਿਨ ਨਹੀਂ ਟੈਡੀ ਕਬੂਤ, ਇਹਦੀ ਦੁੰਮ ਜੇ ਦੇਖੋ। ਸਕਰੀਨਸ਼ਾਟ ਭੇਜਦੇ ਜਾਣਾ, ਬਾਕੀ ਜਿਹੜਾ ਦੋਸਤ ਭਾਈ ਮੁਕੰਮਲ ਸੈਟਅਪ ਲੈਣ ਦੇ ਵਿੱਚ ਇੰਟਰਸਟਿਡ ਹੋਏ, ਪਹਿਲੇ ਘੰਟੇ ਦੇ ਵਿੱਚ, 2 ਘੰਟਿਆਂ ਦੇ ਵਿੱਚ, ਜਿਸ ਟਾਈਮ ਵੀ ਤੁਸੀਂ ਰਾਬਤਾ ਕਰੋਗੇ ਇਨਸ਼ਾਅੱਲਾ ਤੁਹਾਨੂੰ ਮਿਲ ਜਾਣਗੇ ਪਹਿਲੇ ਘੰਟੇ ਦੇ ਵਿੱਚ ਜਿੰਨੇ ਸਾਰਾ ਸੈਟਅਪ ਲੈਣਾ ਇਨਸ਼ਾਅੱਲਾ। ਇਨਸ਼ਾਅੱਲਾ ਇਹ ਹਮਜ਼ਾ ਭਾਈ ਮਾਦੀ ਜੇ ਮਾਸ਼ਾਅੱਲਾ ਬਹੁਤ ਅੱਛੀ ਮਾਦੀ ਜੇ, ਅੱਖ ਦਾ ਸ਼ੋ ਕਰੋ ਹਮਜ਼ਾ ਭਾਈ। ਸੇਮ ਭਾਈ ਅਗਰ ਤੁਸੀਂ ਕਿਸੇ ਦੇ ਲਾਇਆ ਨਾ, ਜਦੋਂ ਤੁਸੀਂ ਆਪਣੇ ਵੀ ਲਾਓ ਤੁਸੀਂ ਫੇਰ ਵੀ ਇੰਨਾ ਰੇਟ ਲਾਉਂਦੇ, ਇੰਨੇ ਰੇਟ 'ਚ ਮੈਂ ਲਾਉਣਾ ਤਾਂ ਇਹ ਲਓ ਤੁਸੀਂ ਇਹਦੇ 'ਚ ਵੀ ਉਹੀ ਪਰ ਜੀ, ਇਹ ਲਓ ਇਹ ਦੂਸਰਾ ਪਰ ਵੀ ਦੇਖ ਲਓ, ਦੇਖ ਲਓ ਜੋੜੇ ਉਹਨੇ ਬੜੇ ਅੱਛੇ ਆਪਣੇ ਪਿਆਰ ਨਾਲ ਰੱਖੇ ਸੀ ਲੇਕਿਨ ਉਹਨੂੰ ਮਜਬੂਰੀ ਪੈ ਗਈ ਹੈ ਤੇ ਉਹਨੇ ਕਿਹਾ ਜੀ ਵਸੀਮ ਭਾਈ ਮੈਂ ਕਿਹਾ ਅੱਛਾ ਯਾਰ। ਲੇਕਿਨ ਦੋਸਤੋ ਭਾਈਓ ਮਜ਼ੇਦਾਰ ਜੋੜੇ ਹੈਗੇ ਨੇ, ਇਹਨਾਂ ਰੇਟਾਂ 'ਤੇ ਲਾਉਣ ਦਾ ਮਕਸਦ ਹੀ ਆਇਆ ਕਿ ਜ਼ਰੂਰਤ ਪੂਰੀ ਹੋ ਜਾਵੇ। ਹਾਂਜੀ ਇਸ ਤਰ੍ਹਾਂ ਹੀ ਹਮਜ਼ਾ ਭਾਈ, ਚੈੱਕ ਕਰੋ ਮਾਸ਼ਾਅੱਲਾ ਸਟੈਂਡਿੰਗ ਦੇਖੋ, ਮਾਸ਼ਾਅੱਲਾ ਜੋੜੇ ਦੇਖੋ ਹਮਜ਼ਾ ਭਾਈ ਬਹੁਤ ਹੀ ਅੱਛਾ ਜੋੜਾ ਜੇ। ਹਾਂਜੀ ਜਨਾਬੇ ਵਾਲੇ ਹਮਜ਼ਾ ਭਾਈ, ਹੁਣ ਮੈਂ ਕੀ ਬੋਲਣਾ ਤੁਹਾਡੇ ਅੱਗੇ, ਇਸ ਜੋੜੇ ਦਾ 8 ਹਜ਼ਾਰ ਲਾ ਲਓ। ਨਹੀਂ ਬੋਲਣਾ ਨਹੀਂ ਤਾਂ ਫਿਰ ਉਹੀ ਕੰਮ ਕੀਤਾ ਜਾਣਾ ਹਮਜ਼ਾ ਭਾਈ, ਫਿਰ ਮੈਂ ਤੇ ਮਜਬੂਰ ਹਾਂ, ਮੈਂ ਫਿਰ ਚੁੱਪ ਹੋ ਜਾਂਦਾ, ਮਜਬੂਰ ਮਰਜ਼ੀ ਕਰੋ। ਦੇਖੋ ਮੈਂ ਤੁਹਾਨੂੰ ਕੀ ਗੱਲ ਕੀਤੀ ਹੈ, ਬਾਕੀ ਮੈਨੂੰ ਇਹ ਵੀ ਪਤਾ ਨਾ ਕਿ ਯਾਰ ਜਿਸ ਟਾਈਮ ਇੰਜ ਦੇ ਜੋੜੇ ਦੁਬਾਰਾ ਬਣਾਉਣੇ ਪੈਣਗੇ ਨਾ ਉਹਨੂੰ ਲੱਗ ਪਤਾ ਜਾਣਾ। ਇਸ ਤਰ੍ਹਾਂ ਹੀ ਹੈ, ਇਸ ਤਰ੍ਹਾਂ ਹੀ ਹਮਜ਼ਾ ਭਾਈ, ਇਹ ਵੀ 6 ਹਜ਼ਾਰ ਦੇ ਲਾ ਦਿਓ। ਓਕੇ ਕਰੋ ਹਮਜ਼ਾ ਭਾਈ, 8ਵੇਂ ਨੰਬਰ ਦੇ ਉੱਪਰ ਹਮਜ਼ਾ ਭਾਈ ਹੈ, ਜਿਹੜੇ ਜਿੰਨੇ ਵੀ ਜੋੜੇ ਉਹਦੇ ਹੈ ਨੇ ਨਾ ਉਹ ਮਾਸ਼ਾਅੱਲਾ ਸਾਰੇ ਹੀ ਸੈਟਅਪ ਜਿਹੜਾ ਨਾ ਇਹ ਬੱਚੇ ਉਡਾਉਂਦਾ, ਇਹ ਵੀ ਜੋੜਾ ਮਾਸ਼ਾਅੱਲਾ ਬੜਾ ਅੱਛਾ ਹੈ, ਦੇਖੋ ਰੇਸ਼ਮ ਨਾਲ ਭਰਿਆ ਸਾਰੇ ਕਬੂਤਰ ਹੀ ਅੱਛੇ ਨੇ ਦੋਸਤੋ, ਦੇਖੋ ਮਾਸ਼ਾਅੱਲਾ ਗਫ ਚੈੱਕ ਕਰੋ। ਹਾਂਜੀ ਅੱਖਾਂ ਤੁਹਾਨੂੰ ਵਿਖਾ ਦੇਣਾ, ਹੁਣ ਵੀਡੀਓ ਹੋ ਗਈ ਲੈਂਥੀ ਤੇ ਕੋਸ਼ਿਸ਼ ਹੋਏਗੀ ਕਿ ਮਿੰਟ ਮਾਰ ਸ਼ੋਕ ਹੋਏ, ਪਰ ਵੀ ਤੁਹਾਨੂੰ ਦਿਖਾ ਦਿੰਦੇ ਹਾਂ, ਇਹ ਨਾ ਕਹਿਣਾ ਕਿ ਖਾਲੀ ਅੱਖਾਂ ਹੀ ਵਿਖਾਈਆਂ, ਨਰਦਾ ਪਰ ਜੇ ਚੈੱਕ ਦੇਖੋ ਮਾਸ਼ਾਅੱਲਾ ਕੀ ਪਾ ਰਹੇ ਯਾਰ, ਬਹੁਤ ਅੱਛਾ ਪਾ ਰਿਹਾ, ਦੇਖੋ ਇਹਦੀ ਲੈਂਥ ਹੀ ਨਹੀਂ ਖਤਮ ਹੋ ਰਹੀ, ਇਹ ਦੇਖੋ ਦੇਖੋ ਇੱਥੇ ਦੋ ਉਂਗਲਾਂ ਤੋਂ ਜ਼ਿਆਦਾ, ਚੋਰਾ ਤੋਂ ਉਹਦੀ ਬਗਲ ਚੈੱਕ ਕਰੋ ਕਿੱਥੇ ਚਲੀ ਗਈ ਹੈ। ਹੈਲੋ ਟੇਲ ਵੀ ਦੇਖ ਲਓ, ਓਕੇ ਹੋ ਗਿਆ ਯਾਰ ਬੰਦ ਤੋਂ ਮਾਦੇ ਨੇ ਬੈਲੈਂਸ ਕੰਪਲੀਟ, ਇਹਦੇ ਇਹਦੇ ਦੇਖ ਲਓ 5-37 ਨੰਬਰ ਕੜੀ ਹੈ, ਸਹੀ ਹੋ ਮਾਦੀ ਵੀ, ਮੈਂ ਦੇਖ ਮਾਦੇ ਦਾ ਵੀ ਫਰਕ ਹੈ, ਦੇਖੋ ਜੀ ਮਾਸ਼ਾਅੱਲਾ ਪੂਰੀ ਸਾਫ਼ ਕਰ ਰਹੀ ਹੈ। ਹਾਂਜੀ ਤੇ ਨਵਾਈਆਂ ਵਾਲਾ ਕੰਮ ਹੀ ਨਹੀਂ ਹੋਣਾ, ਇਹ ਦੇਖੋ ਇਹ ਦੁੰਮ ਜੇ ਨਵਾਈਆਂ ਲੈਣਗੇ ਨਾ ਫੇਰ ਕਬੂਤਰਾਂ ਦਾ ਸ਼ਿੰਗਾਰ ਚੈੱਕ ਕਰਨਾ ਦੋਸਤੋ, ਮਜ਼ਾ ਆਏਗਾ ਫਿਰ। 37 ਨੰਬਰ ਯਾਰ ਕੀ ਸਟੈਂਡਿੰਗ ਹੈ ਯਾਰ, ਮਜ਼ਾ ਆ ਗਿਆ ਯਾਰ ਵਸੀਮ ਬਾਈ, ਸ਼ੁਰੂਆਤੀ ਜੋੜੇ ਵੀ ਤੁਸੀਂ ਐਂਡ ਤੇ ਲਾ ਦੇਖੋ ਮਾਸ਼ਾਅੱਲਾ, ਕਬੂਤਰ ਦੇਖਿਆ ਜੀ ਮਾਸ਼ਾਅੱਲਾ, ਇਕੱਲਾ ਯਕੀਨ ਮੰਨੋ 10 ਹਜ਼ਾਰ ਦਾ ਕਬੂਤਰ ਹੈ, ਤੁਸੀਂ ਇਸ ਚੀਜ਼ ਨੂੰ ਮੰਨੋਗੇ, ਦੇਖੋ ਉਹਦੀ ਖਲੋਣੀਆਂ ਦੇਖੀਆਂ ਜੀ, ਮੰਨ ਗਿਆ ਵਾਕਈ 10 ਹਜ਼ਾਰ 'ਚ ਕੋਈ ਸ਼ੱਕ ਨਹੀਂ ਹੈ, ਲੇਕਿਨ ਮੈਂ ਤਾਂ ਹੁਣ ਸ਼ਰਾਰਤ ਕਰ ਬੈਠਾ ਠੀਕ ਹੈ, ਲੇਕਿਨ ਸ਼ਰਾਰਤ ਵੇਖੋ ਭਾਈਆਂ ਵਾਸਤੇ ਕਰੀ ਦੀ ਹੈ, ਨੁਕਸਾਨ ਚਲੋ ਨੁਕਸਾਨ ਹੈ ਫਾਇਦਾ ਹੈ, ਹੁਣ ਘਰੇ ਉਹਨਾਂ ਨੇ ਮੁੱਲ ਖਰੀਦੇ ਨੇ, ਹੁਣ ਸਿਰਫ ਮੁੱਲ ਵੇਚ ਰਹੇ ਆ। ਇਸ ਤਰ੍ਹਾਂ ਹੀ, ਇਸ ਤਰ੍ਹਾਂ ਹੀ ਹੁੰਦਾ ਬਾਈ, ਕੀ ਰੇਟ ਹੈਗਾ ਇਹਦਾ ਵੀ? 8 ਹਜ਼ਾਰ ਰੁਪਇਆ ਯਾਰ, ਸੇਮ ਕਰਦੇ, ਚਲੋ ਹੋ ਗਿਆ ਜੀ। ਬਲਕਿ ਗੱਲ ਹੈ, ਮੈਂ ਗੱਲ ਕਰਨਾ ਕਿ ਜੋਰਾ ਜਰਾ ਭਈਆ ਸਾਰੇ ਚੰਗੇ ਹੈਗੇ ਨੇ ਠੀਕ ਹੈ, ਜਰਾ ਜੋਰਾ ਥੋੜ੍ਹਾ ਜਿਹਾ ਨਾਰਮਲ ਹੋਏਗਾ ਉਹਦਾ ਰੇਟ ਵੀ ਨਾਰਮਲ ਹੈ।
जेडे अच्छे ने उन्हें सारे का एक ही रेट है। ठीक है जी। कि लोगों को अज भुल भुल भलाइए च पै जाना कि केरा लईए केरा ना लईए ते जो तक उन्होंने यह गल सोचनी है वेख भी जाने। अब भाई को अगला पेड़ दिखाते हैं जी। हमजा भाई ए नौवे नंबर के पेड़ जे माशाला गोल्डन भाई हूं एंड वाले दोनों जोड़िया की डील दे दो। डील दे दी भला क्यों माती है वह इस वजह तू के वीडियो दस्ती पूरी हो जाएगी। चलो ठीक है जी। पर कुंदा हर चीज पूरी है दोस्तों। हाँ जी एलो पर भी दे शो कर लो भाई फिर भी कोई ऐसा ना कहे कि पर नहीं विखाया चेक कर लो। ओके हो गया। टेल भी देख लो यार पूरे ने पंजे भी देख लो पांच नंबर के फिर वही काम हो गया ना। कोई गल नहीं कोई गाना एलो हमजा भाई नरदा पर परदा शो कर लो टेल भी देख लो एलो पंजे भी देख लो सारा कुछ ही दिखाता है हमजा भाई एलो मगर रह के गया। चलो कहन जी वसीम भाई हमजा भाई है भी ओ लगा दो उस रेट ची। हाँ जी यार दो जोड़े ने एक आखिरी रह गया मैं कहना अगला विखाओ तो फिर ऐसा रेट दो कि जरा लेगा याद करेगा ऐ जे दसवां जोड़ा है की है ए भी एक कबूतर जे इनू चांदी अखे कबूतर ने बड़े अच्छा जोड़ा है भी ओदे कोले लियांदे ने कहंदा जी ए जोड़े पुरानी नसल पुरानी नसल है वे हेलो एदी भी अखदा भाइयों ने भी दसना है लोग कुछ कहणगे अली वाले लेकिन अली वाले नहीं है गया सलारा पा रहा था टोटल। हाँ जी हाँ जी जरा बंदा इन्हां चों मर्जी दा लेगा ओहदे वास्ते रेट ओही होएगा। हां जी हेलो दस नंबर रिंग पे जे चेक करो दोस्तों चोरा कबूतर है ऐसे तरह ही। हाँ जी इस तरह ही और जो पहले होंगे ही हूं भी घट गए ने चोरिया लत्तां ले वड्डे पट्टां ले कबूतर जरे होंगे। हाँ जी हाँ जी हाँ जी ओही ने हमजा भाई उधरों ही आए ने माशाल्लाह एदा की रेट है कबूतर वेख्या ना मैं पुरानिया चोरिया लत्तां ऐसे वजह तू रेट मैं ओदा भी घटाता है। चलो ठीक है जी हमजा भाई लेकिन कबूतर भावे चोरिया लत्तां आला कम है तो चोरे नहीं होने बड़े अच्छा जोड़ा है मर्जी दा लेगा। ते वसीम भाई हुण जिहड़े कबूतर रह गए ने ओ थोड़े जिहे ने लाड च अठ होणी आ दस होण ओह वी मैं इंशाल्लाह तआला दे देना भाईआं नूं। चलो ला दो लाड च फिर सस्ता रेट लाओ ताकि इक टक ते निकल जाण। ये लाट है दोस्तों चेक करें माशाल्लाह लाट भी लेवल की है। मेरा ख्याल है कि ये दो कबूतर जो है ना ये वाला बहुत आला रिंगदार आंखों में भी अच्छा जे। और एक कबूतर ठीक है पीछे कबूतर जे लाल खाला ए चेक करो कबूतर सारे ही तगड़े ने लेकिन जेडी गल मैं करन लगा सी ना ए दो कबूतर की कीमत लाट लानी है वसीम भाई ते आर्डर लो की कहंदे हो दस कबूतर ने टोटल एक दो तीन चार पांच हाँ जी दस कबूतर ने हमजा भाई ना 1500 रुपए पर ला देंगे ना यार मोहब्बत कर वेलो तुसी अगे भी मोहब्बत करा दीती है कटन वाला काम कर। हाँ अपने हो ना बंदा चांस पांदा है। अच्छा हमजा भाई एक एदे च होर है ना एक मैं रान सुता सी छाते ना ते ना एक मादी मैं ना उत्ते इत्थे साडे नाल छाते उत्थे आके ना डिगी है ते मैं फड़ के लिया माशाल्लाह किसी दिन रात दे टाइम ए मैं दोस्तां नूं गिफ्ट दे क्योंकि मैनूं उड़ान दा शौक नहीं गा। हेलो दादा वाली वारस कोई नहीं आया वाली वारस कोई नहीं आया ते मैं क्या चलो ते तुसी इस तरह दे बंदे नहीं आए किसे दा कबूतर। हां जी मैं भन नहीं फड़ यार एदा पैर दिखाई। हेलो माशाल्लाह लग रही सी जिस तरह बतक पै रही है नहीं 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 बड़ी अच्छी है वेखो ना उंगली जुड़ियां मैं कहा शायद बतक पै रही है ए दस कबूतर लाड 1500 रुपए पर ए नाल गिफ्ट दे दा। नहीं यार वसीम भाई अपने हो ना बंदा चांस पांदा कोई गल नहीं लेकिन ए सारे अपने वाले काम है भाई मैं तुहानू कबूतर दिखाना तुसी फिर मैं दसना कि ए कबूतर जोड़े वाला है कि नहीं मैं ना हेलो अख दा शो करो
दूसरा पर खोले ऐसे वजह तो कैमरे चे पूरा ओके हो गया माशाल्लाह भैया दस कबूतर हां जी गिफ्ट रंग आला गिनना ही नहीं है 11 कबूतर ने हां जी 11 ते 1000 रुपए पर हमजा भाई देख लो यार तुसी एक और कबूतर दा शौक हमजा भाई मैं ऐ कह रहा सारे जोड़े लाओ ऐ मेरी गारंटी है जोड़े लाओ तुसी को 1000 रुपए पर करो ते सारे डब्बे च करो चल यार ठीक है हमजा भाई ओके करो नाराज ते नहीं 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 नाराज नहीं देखो जे है ओ ते सानू कोई फर्क हमजा भाई कोई गल नहीं तुसी हुन कह दित्ता ऐ लोई कह भी कबूतर दोस्त है ना कहन के वसीम भाई ने लाट ला दी थी अखा का शौक नहीं कराया लो देखो यार कबूतर सारे चंगे ने मैं हल्का कबूतर लांदे नहीं हां जी हेलो ते खास कर ताड़ी छत ते ते मैं बिल्कुल नहीं लान दें दो दी वजह ना के मैं ताड़े को सफर करके आया अगर हल्का ही लाना ते भाई जान दरबियां भरिया ने इस तरह ही अगर किसी के घर जाओ तो कबूतर बखाओ पता चले कबूतर बखा के आया हेलो हमजा भाई यदि अख का शौक करो देखो माशाल्लाह कबूतर बहुत तगड़ा है माशाल्लाह बड़ा मजा आया सारे कबूतर अच्छे ने मैं क्या हुण बंदे दी जरूरत पूरी हो जाएगी चलो कोई गल नहीं तो 10,000 ਦੇ ਵਿੱਚ 10 ਕਬੂਤਰ ਤੁਹਾਨੂੰ ਨੁਕਸਾਨ ਤੇ ਨਹੀਂ ਨੁਕਸਾਨ ਨਹੀਂ 11 ਨੇ ਇੱਕ ਫ੍ਰੀ ਹੈ ਵਿੱਚ ਅਗਰ ਨੁਕਸਾਨ ਹੈਗਾ ਤੇ ਭੈਣ ਮੈਨੂੰ ਦੱਸੋ ਤਾਂ ਨਹੀਂ ਭੈਣ ਤੁਸੀਂ ਮੈਂ ਤੁਹਾਡੀ ਸਾਰੀ ਮੰਨੀਏ ਫਿਰ ਤੁਹਾਡੇ ਸਾਹਮਣੇ ਤੁਸੀਂ ਕਿਹਾ ਜੀ ਇਸ ਤਰ੍ਹਾਂ ਨਹੀਂ ਵਸੀਮ ਭਾਈ ਇਸ ਤਰ੍ਹਾਂ ਕਰ ਲਓ ਤੇ ਓਕੇ ਜੀ ਹੁਣ ਵਸੀਮ ਭਾਈ ਦੇ ਕੋਲੋਂ ਇਜਾਜ਼ਤ ਮੰਗ ਲੈਣੇ ਆ ਵੇਖੋ ਅਗਰ ਇਹਨਾਂ ਨੂੰ ਕੋਈ ਨੁਕਸਾਨ ਹੈਗਾ ਨਹੀਂ ਕੋਈ ਨੁਕਸਾਨ ਨਹੀਂ ਤੇ ਮੈਂ ਤੁਹਾਨੂੰ ਆਪਣੇ ਕੋਲੋਂ ਦੇ ਦਿਆਂ ਨਹੀਂ ਨਹੀਂ ਬੜੀ ਮਿਹਰਬਾਨੀ ਤੇ ਬਾਕੀ ਇਹਨਾਂ ਦੇ ਆ ਛਤਰੀ ਵਾਲੇ ਕਬੂਤਰ ਵੀ ਪਿੱਛੇ ਤੁਹਾਨੂੰ ਇੱਕ ਨਜ਼ਰ ਆ ਰਿਹਾ ਛਤਰੀਆਂ ਲੈਂਦੇ ਵੀ ਇਹਨਾਂ ਨੂੰ ਬੜਾ ਸ਼ੌਕ ਹੈ ਬਸ ਨਾਲ ਹੀ ਇਹ ਨਾਮ ਦਾ ਓਕੇ ਜੀ ਇਜਾਜ਼ਤ ਦਿਓ ਪਾਕਿਸਤਾਨ ਜ਼ਿੰਦਾਬਾਦ